वापस हेड नहीं आ रही यार। पापा भी ले अले तक नहीं आए, वो लेट हो रहे हैं। पापा आ गए। पापा मेरे पग बंद सही नहीं आ रही, मैं लेट हो रही हूँ, स्कूल भी आना है। चल बांध देना, चलो जल्दी बनो, मैं लेट हो रहा हूं। हां बंद आ पे, हां मैं मशीन थोड़ी हां, तू इतनी सोनी तो पग बन लेना। पापा जी मैं तो बननी नहीं है। चल कोई बात, मैं बन लेना। पापा मेरे जल्दी पग बन दो। हां बंद आ ना, पता तू आज टॉप करना क्लास के बीच, जल्दी बन दो। नूर गनूर किधर गया आप? ऐ चॉकलेट आज मैं बाबू ने दूंगा। गनूर हां जी पापा, गुरुद्वारे नहीं जाना, इतने बढ़िया नंबर आए तेरे। पापा जाना चल आ फिर प्यार हो। शामी कट्ठे चलांगे। तू इदा कर, तू साइकिल ले जा, मेनू थोड़ा काम है। तू वड्डा हो गया हुण, नाल तू साइकिल लेके मत्था टेक जा गुरुद्वारे जाके। ठीक है अकाल मूरत अधूनी साहब गुरु प्रसाद।
साधना करता पुरख मेर पाऊ मेर वह अकाल मूर्त अधूनी सब गुर प्रसाद जब आज सच उगा सच है भी सच नानक खुशी भी सच ओंकार साधना करता पुरख मेर पाऊ मेर वह अकाल मूर्त अधूनी सब गुर प्रसाद जब आज सच उगा सच सच नानक खुशी भी सच ओंकार साधना करता पुरख मेर पाऊ मेर वह ओंकार साधना करता पुरख मेर पाऊ देखा सी मुंडा कितना सोहना पाठ कर रहा अंदर देखा सी। बेटा पढ़ के तो सीखे तू अपने पापा को सीखे बड़ा सोहना करता वा मैं पापा आए नहीं अजे तक चार बज गए मैं फोन कर दा दो घंटे हो गए यार पापा आए नहीं अजे तक यार पापा आए नहीं अजे तक मेरा गुरुद्वारे जाने बड़ा दिल करता वे यार पापा ने तो लेट करा दिया मैं गुरुद्वारे चलते सही चलते तेन ज्यादा पाठ करना होंगे साढ़े पापा सामने चंगा बनने की कोशिश कर दे ज्यादा समझदार ना बन कुछ खा लेगा दोबारा गुरुद्वारे ना दिखी तुसी भी गुरुद्वारे जाया करो गुरु का घर है मत्था टेक आयो ज्यादा ना बन लगता लड़ते पे आ ओए इधर आ ओए कुछ खा के दे
ਸਾਡਾ ਕਿਉਂ ਲੜਦੇ ਪਏ ਸੀ ਸਾਰੇ ਜਣੇ ਪਾਪਾ ਜ਼ਿਆਦਾ ਸਿਆਣਾ ਬੰਦਾ ਸਾਨੂੰ ਕਹਿੰਦਾ ਤੁਸੀਂ ਗੁਰਦੁਆਰੇ ਬਾਰ ਕੀ ਕਰਦੇ ਪਏ ਅੰਕਲ ਜੀ ਨੂੰ ਕੁਝ ਨਹੀਂ ਕੀਤਾ ਮੇਰੇ ਪਾਪਾ ਨੇ ਮੇਰੇ ਨਾਲ ਵੀ ਆਏ ਇਹ ਤਿੰਨੋਂ ਮੈਨੂੰ ਲੜਦੇ ਕਿਉਂ ਲੜਿਆ ਬਈ ਤੁਸੀਂ ਬੇਟਾ ਤੁਸੀਂ ਕੌਣ ਤੁਸੀਂ ਘਰੇ ਜਾਓ ਚਲੋ ਘਰੇ ਬੇਟਾ ਤੇਰੇ ਪਾਪਾ ਦਾ ਕੀ ਨਾਮ ਆ ਅੰਕਲ ਜੀ ਮੈਂ ਕੁਝ ਨਹੀਂ ਕੀਤਾ ਮੈਂ ਪਾਪਾ ਕੋਲ ਜਾ ਰਿਹਾ ਸੀ ਤੇਰੇ ਪਾਪਾ ਕੀ ਕੰਮ ਕਰਦੇ ਆ ਅੰਕਲ ਚਲੋ ਮੈਂ ਆਪਣੇ ਪਾਪਾ ਕੋਲ ਜਾ ਰਿਹਾ ਸੀ ਆ ਕੇ ਗੁਰਨੂਰ ਮੈਂ ਕਿਹਾ ਪਾ ਕਿੱਥੋਂ ਸਿੱਖੀ ਆ ਅੱਜ ਤਾਂ ਮਿਲ ਹੀ ਲੈਣਾ ਤੇਰੇ ਪਾਪਾ ਨੂੰ ਸਿੱਖਿਆ ਬਹੁਤ ਜ਼ਰੂਰੀ ਗੁਰਦੁਆਰੇ ਤੋਂ ਰੋਜ਼ ਹੀ ਜਾਂਦਾ ਪਾਪਾ ਦੇ ਨਾਲ ਹੈ ਨਾ ਕੀ ਹਾਲ ਆ ਗੁਰਨੂਰ ਤੁਹਾਨੂੰ ਇਹ ਨੌਕਰੀ ਨਹੀਂ ਦੇ ਸਕਦੇ ਕਿਉਂਕਿ ਜਿੱਥੇ ਤੁਹਾਨੂੰ ਤੁਹਾਡੀ ਐਜੂਕੇਸ਼ਨ ਬਹੁਤ ਵਧੀਆ ਹੈ ਉਹਦੇ ਨਾਲ ਨਾਲ ਤੁਹਾਡਾ ਜਿਹੜਾ ਸਾਡੀਆਂ ਜੋ ਜੜ੍ਹਾਂ ਨੇ ਧਰਮ ਵਾਲਾ ਪੱਖ ਹੈ ਉਹ ਇੱਕੋ ਹੀ ਸਵਾਲ ਅਸੀਂ ਰੱਖਿਆ ਸੀ ਕੋਈ ਜ਼ਿਆਦਾ ਨਹੀਂ ਪਰ ਉਸ ਬਾਬਤ ਵੀ ਤੁਹਾਨੂੰ ਪਤਾ ਨਹੀਂ ਔਰ ਬੜਾ ਅਹਿਮ ਸਵਾਲ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਸ਼ਹੀਦੀ ਨੂੰ ਲੈ ਕੇ ਇਹ ਅਫਸੋਸ ਹੀ ਹੈ ਕਿਉਂਕਿ ਜਿੱਡਾ ਤੁਹਾਡਾ ਸੋਹਣਾ ਸੁੰਦਰ ਚਿਹਰਾ ਸਾਫ ਤਸੂਰ ਤੋਂ ਪਰਸਨੈਲਿਟੀ ਹੈ ਉਹਦੇ ਨਾਲ ਨਾਲ ਸਾਨੂੰ ਪਤਾ ਹੋਣਾ ਚਾਹੀਦਾ ਤੁਹਾਡੇ ਮਾਤਾ ਪਿਤਾ ਨੂੰ ਵੀ ਇਹ ਯਤਨ ਕਰਨਾ ਚਾਹੀਦਾ ਕਿ ਤੁਹਾਨੂੰ ਜਿੱਥੇ ਬਾਕੀ ਐਜੂਕੇਸ਼ਨ ਦਵਾ ਰਹੇ ਮੈਨੂੰ ਪਲੀਜ਼ ਇੱਕ ਮੌਕਾ ਦੇ ਦਿਓ ਹੋਰ ਦੇ ਦਿਓ ਮੈਂ ਆਹ ਦੇਖੋ ਮੈਂ ਕਿੰਨੇ ਡਿਗਰੀਆਂ ਲਈਆਂ ਹੋਈਆਂ ਜੀ ਦੇਖੋ ਤੁਸੀਂ ਇੱਕ ਵਾਰੀ ਆਹ ਮੈਂ ਕਿੰਨੇ ਡਾਕੂਮੈਂਟ ਲਏ ਆਹ ਦੇਖੋ ਮੇਰੇ ਸਾਰੇ ਮੈਂ ਕਿੰਨੀ ਪੜ੍ਹਾਈ ਕੀਤੀ ਆ ਆਹ ਦੇਖੋ ਜੀ ਮੈਂ ਕਈ ਵਾਰ ਕਲਾਸਾਂ ਵੀ ਲਾਈਆਂ ਹੋਈਆਂ ਛੋਟੇ ਹੁੰਦੇ ਜੀ ਮੈਨੂੰ ਕਿਹਾ 18 ਸਾਲ ਦਾ ਸੀ ਜਦੋਂ ਮੈਂ ਉਦੋਂ ਦੀ ਮੈਂ ਕਲਾਸ ਵੀ ਲਾਈ ਸੀ ਜੀ ਠੀਕ ਹੈ ਜੀ ਲੇਕਿਨ ਤੁਹਾਡਾ ਧਰਮ ਦੇ ਸੰਬੰਧ ਵਿੱਚ ਨਾ ਕਿਉਂਕਿ ਉਹ ਜ਼ਰੂਰੀ ਹੈ ਸਵਾਲ ਇੱਕੋ ਹੀ ਸਵਾਲ ਅਸੀਂ ਰੱਖਿਆ ਤੁਸੀਂ ਉਹਦੀ ਨਹੀਂ ਕਲੈਰੀਫਾਈ ਕਰ ਸਕਦੇ ਇਸ ਕਰਕੇ ਸੋਰੀ ਆ ਗਿਆ ਨਾਲ ਕੌਣ ਆਇਆ ਤੇਰੇ ਅੰਕਲ ਦੇ ਨਾਲ ਬੱਚੇ ਆਏ ਸਤਿ ਸ਼੍ਰੀ ਅਕਾਲ ਜੀ ਮੈਂ ਗੁਰੂ ਘਰ ਦੇਖਿਆ ਸੀ ਪਾਠ ਬਹੁਤ ਸੋਹਣਾ ਕਰਦਾ ਸੀ ਅੱਛਾ ਜੀ ਹਾਂਜੀ ਚਲੋ ਠੀਕ ਪਾਪਾ ਮੈਂ ਵੀ ਸਿੱਖਣੀ ਆ ਪਾਠ ਕੋਈ ਨਹੀਂ ਬੇਟਾ ਜ਼ਰੂਰ ਸਿੱਖੋ ਪੱਗ ਤਾਂ ਸਿੱਖਣੀ ਚਾਹੀਦੀ ਆ ਆਪਣੇ ਭਰਾ ਦੀ ਅਕੈਡਮੀ ਕੋਈ ਨਹੀਂ ਸਿੱਖ ਜ਼ਰੂਰ ਸਿੱਖ ਜ਼ਰੂਰ ਜ਼ਰੂਰ ਸਿੱਖ ਤਾਂ ਮੈਂ ਜ਼ਰੂਰ ਸਿਖਾਵਾਂਗੀ ਆਹ ਬੱਚਿਆਂ ਦਾ ਨਾਲ ਸਿਖਾਵਾਂਗੇ ਚਲੋ ਰਸ਼ਮੀਤ ਬੇਟਾ ਤੂੰ ਵੀ ਪੱਗ ਸਿੱਖ ਲਾ ਕੋਈ ਨਹੀਂ ਤੁਹਾਡੇ ਬੱਚੇ ਨੂੰ ਆਪਾਂ ਪੱਗ ਸਿਖਾ ਦਾਂਗੇ ਕੋਈ ਦਿੱਕਤ ਨਹੀਂ ਕੋਈ ਨਹੀਂ ਭਾਜੀ ਭੇਜਿਆ ਕਰਾਂਗੇ ਇਹਨਾਂ ਨੂੰ ਜੀ ਭਾਈ ਪਾਪਾ ਦਾ ਦੇਸ ਨਹੀਂ ਸੈੱਟ ਆਉਂਦੇ ਨੇ ਪੱਗ ਦਾ ਦੇਸ ਸੈੱਟ ਆਉਂਦਾ ਕਰਵਾ ਦੇਣਾ ਕਰਵਾ ਦੇਣਾ ਠੀਕ ਹੈ ਭਾਜੀ ਓਕੇ ਭਾਈ ਆਇਓ ਚੱਲ ਬੇਟਾ ਬੇਟਾ ਕੱਲ੍ਹ ਤੋਂ ਪੱਗ ਸਿੱਖਣ ਆਇਆ ਨਾ ਠੀਕ ਹੈ ਨਾਲ ਪਾਪਾ ਹੁਣ ਚੱਲੀ ਗੁਰਦੁਆਰੇ ਹਾਂ ਚੱਲ ਇਹਨਾਂ ਨੂੰ ਤੋਰ ਦਵਾਂ ਚਲੋ ਚਲੋ ਵੀਰ ਜੀ ਛੋਟੇ ਚਲੋ ਤੁਸੀਂ ਵੀ ਚਲੋ ਘਰ ਨੂੰ